एक अजिही खिडारन दे नाल तुहानू मिलाउण जा रहे हैं जिसने सख्त मेहनत दे नाल पंजाब दा नहीं बल्कि पूरे देश दा नाम रोशन किया है। मैं गल कर रहा वेटलिफ्टर हरजिंदर कौर की जिन्होंने कॉमनवैल्थ खेडां दे विच ब्रोंज मैडल हासिल किया है। हरजिंदर कौर उही खिडारन ने जो पंजाब की पहली मैडलिस्ट सी इस बार कॉमनवैल्थ खेडां दे विच जिसने मैडल हासिल किया, ब्रोंज मैडल तुसी हासिल किया, कितनी खुशी है? कॉमनवैल्थ खेडां दे विच बहुत वड्डा लैवल है, इत्थे मैडल हासिल करना मेरा फर्स्ट टाइम कॉमनवैल्थ गेम्स फर्स्ट पार्टिसिपेशन है मेरा। मैनू बहुत खुशी है कि मेरे फर्स्ट पार्टिसिपेशन च मैं पंजाब लई मैडल लेके आई, बहुत प्राउड फील है मैनू। अच्छा हरजिंदर, असीं तुहाडे घर भी गए सी, सारा तुहाडे हालात भी देखे, अजिही स्थितियां दे विच रह के इन्ने लैवल ते जाके तुसीं मैडल हासिल किया, थोड़ा जिहा अपना संघर्ष दसो भी किवें शुरुआत कीती सी, किवें इस तक पहुंचे हो? स्टार्टिंग च थोड़ा बहुत प्रॉब्लम सी, फैमिली दी कंडीशन भी सही नहीं सी, पर फैमिली दी थोड़ी सपोर्ट सी, फैमिली ने काफ़ी सपोर्ट किया, खुद का भी थोड़ा एम सी कि वधिया करना है, चलो वो कंडीशन्स नू फेस करते करते इत्थे तक पहुँच गए। कदों तो शुरुआत तुसी अपने पहला खेडां दी कीती? 2016 च मैं वेट लिफ्टिंग स्टार्ट करी सी, उस तो बाद स्टार्टिंग तो मैं कबड्डी च कीती सी, पर उस तो बाद 2016 च मैं वेट लिफ्टिंग स्टार्ट करी, उस तो बाद तीन चार साल मैं पंजाबी यूनिवर्सिटी गेम कीती है, उस तो बाद नैशनल कैंप दे NIS पटियाला ट्रेनिंग करी है। ਅਸੀਂ ਤੁਹਾਡੇ ਉਹ ਦੇਖਿਆ ਸੀ ਤੁਸੀਂ ਟੋਕੇ ਵਾਲੀ ਮਸ਼ੀਨ ਨੇ ਵੀ ਪੱਠੇ ਵੀ ਕੁਤਰਦੇ ਰਹੇ ਹੋ, ਉਹ ਅਜਿਹੇ ਫਾਦਰ ਦੇ ਨਾਲ ਕੰਮ ਕਰਾਉਣ ਦੀ ਇੱਛਾ ਸੀਗੀ ਜਾਂ ਇੱਕ ਮਜਬੂਰੀ ਬਣ ਗਈ? ਨਹੀਂ ਨਹੀਂ, ਉਹ ਇੱਕ ਮਤਲਬ ਸ਼ੌਂਕ ਸੀਗਾ, ਮਤਲਬ ਫਾਦਰ ਨਾਲ ਕੰਮ ਕਰਨ ਦਾ ਵੀ, ਕਿ ਡੈਡੀ ਕੰਮ ਕਰਦੇ ਸੀ, ਮੈਨੂੰ ਵਧੀਆ ਲੱਗਦਾ ਸੀ ਉਹਨਾਂ ਨਾਲ ਕੰਮ ਕਰਨਾ, ਕੋਈ ਇੱਦਾਂ ਦੀ ਮਜਬੂਰੀ ਨਹੀਂ ਸੀ ਕਿ ਉਹਨਾਂ ਨਾਲ ਕੰਮ ਕਰਨਾ ਹੈ। ਛੋਟੇ ਜਿਹੇ ਪਿੰਡ ਤੋਂ ਉੱਠ ਕੇ ਤੁਸੀਂ ਮੈਡਲ ਹਾਸਲ ਕੀਤਾ, ਕਦੇ ਕਿਸੇ ਨੇ ਰੋਕਿਆ ਕਿ ਇੱਕ ਕੁੜੀ ਨੂੰ ਜਿਵੇਂ ਫਾਦਰ ਤੁਹਾਡੇ ਇੱਕ ਕਿਸਾਨੀ ਪਰਿਵਾਰ ਨਾਲ ਸੰਬੰਧ ਰੱਖਦੇ ਨੇ, ਕੋਈ ਪੜ੍ਹੇ ਲਿਖੇ ਵੀ ਨਹੀਂ ਹੈਗੇ, ਕਿਸੇ ਨੇ ਰੋਕਿਆ ਸੀ ਕਿ ਨਹੀਂ ਖੇਡਾਂ ਦੇ ਵਿੱਚ ਨਹੀਂ ਜਾਣਾ, ਕਿ ਨਾ ਭੇਜੋ ਕੁੜੀ ਨੂੰ, ਕਿ ਕੁੜੀਆਂ ਨੂੰ ਕਿਉਂਕਿ ਅੱਜ ਕੱਲ੍ਹ ਬਹੁਤ ਅੱਗੇ ਆਉਣ ਤੋਂ ਮਨਾ ਵੀ ਕੀਤਾ ਜਾਂਦਾ? ਨਹੀਂ ਨਹੀਂ, ਮੈਨੂੰ ਕਦੀ ਕਿਸੇ ਨੇ ਨਹੀਂ ਰੋਕਿਆ, ਮਤਲਬ ਇਵਨ ਕਿ ਸਭ ਨੇ ਸਪੋਰਟ ਹੀ ਕਰੀ ਹੈ ਕਿ ਚਲੋ ਬਹੁਤ ਘੱਟ ਕੁੜੀਆਂ ਨੂੰ ਬਾਹਰ ਭੇਜਿਆ ਜਾਂਦਾ ਹੈ ਅਤੇ ਤੁਸੀਂ ਆਪਣੀ ਬੇਟੀ ਨੂੰ ਬਾਹਰ ਭੇਜਿਆ, ਚਲੋ ਸਪੋਰਟ ਕੀ, ਸਾਰਿਆਂ ਨੇ ਸਪੋਰਟ ਕਰੀ ਹੈ ਮੇਰੀ। ਪੰਜਾਬ ਸਰਕਾਰ ਨੇ ਕੈਸ਼ ਅਵਾਰਡ ਦਾ ਐਲਾਨ ਉਸੇ ਦਿਨ ਕਰਤਾ ਸੀਗਾ, ਪਰ ਅਜੇ ਤੱਕ ਕੋਈ ਨੌਕਰੀ ਦੇ ਬਾਰੇ ਕੁਛ ਨਹੀਂ ਕਿਹਾ ਗਿਆ, ਤੁਹਾਨੂੰ ਕੀ ਲੱਗਦਾ ਕਿ ਨੌਕਰੀ ਦੇਣੀ ਚਾਹੀਦੀ ਹੈ ਸਰਕਾਰ? ਹਾਂਜੀ, ਸਰਕਾਰ ਨੇ ਜੋ ਵੀ ਇਨਾਮ ਸਾਨੂੰ ਦਿੱਤਾ ਹੈ ਸਾਨੂੰ, ਅਸੀਂ ਬਹੁਤ ਖੁਸ਼ ਹਾਂ, ਸਰਕਾਰ ਅੱਗੇ ਵੀ ਸਾਡੇ ਲਈ ਜੋ ਵੀ ਕਰੂਗੀ ਵਧੀਆ ਹੀ ਕਰੂਗੀ, ਭਰੋਸਾ ਦਵਾਇਆ ਗਿਆ ਜੋਬ ਦਾ, ਤਾਂ ਮੈਨੂੰ ਉਮੀਦ ਹੈ ਕਿ ਨੌਕਰੀ ਜ਼ਰੂਰ ਦੇਣਗੇ। ਜੇ ਦੇਖਿਆ ਜਾਵੇ ਕਾਮਨਵੈਲਥ ਮੈਡਲਿਸਟ ਨੂੰ ਜਿਹੜੀ ਹੈ ਜਿਹੜੀ ਪਾਲਿਸੀ ਹੈ ਸਪੋਰਟਸ ਪਾਲਿਸੀ, ਉਸਦੇ ਵਿੱਚ ਬ੍ਰੋਂਜ਼ ਮੈਡਲ ਨੂੰ ਨੌਕਰੀ ਨਹੀਂ ਹੈ, ਇਹ ਸਪੋਰਟਸ ਪਾਲਿਸੀ ਦੇ ਵਿੱਚ ਹੈ, ਤੁਸੀਂ ਮੁੱਖ ਮੰਤਰੀ ਨੂੰ ਜਾਂ ਸਪੋਰਟਸ ਮਿਨਿਸਟਰ ਨੂੰ ਇਹ ਅਪੀਲ ਕਰੋਗੇ ਕਿ ਇਸ ਦੇ ਵਿੱਚ ਹੋਣਾ ਚਾਹੀਦਾ? ਹਾਂਜੀ ਜ਼ਰੂਰ, ਇਵਨ ਕਿ ਇੱਥੇ ਨੈਸ਼ਨਲ ਮੈਡਲਿਸਟ ਵੀ ਬੱਚੇ ਜਿਨ੍ਹਾਂ ਕੋਲ ਜੋਬ ਹੈ, ਅਸੀਂ ਚਲੋ ਗੇਮਸ ਮੈਡਲਿਸਟ ਪੋਲਿਸੀ ਦੇ ਹਿਸਾਬ ਨਾਲ ਤਾਂ ਅਸੀਂ ਜੋਬ ਤਾਂ ਹੋਣੀ ਚਾਹੀਦੀ, ਕਿਉਂਕਿ ਜੋਬ ਇੱਕ ਇੱਦਾਂ ਕਿ ਸਾਡਾ ਫਿਊਚਰ ਸਿਕਿਓਰ ਕਰਨ ਲਈ ਸਾਡੇ ਲਈ ਜੋਬ ਬਹੁਤ ਜ਼ਰੂਰੀ ਹੈ, ਅਸੀਂ ਅੱਗੇ ਤਾਂ ਕਿ ਹੋਰ ਮਿਹਨਤ ਕਰ ਸਕੀਏ, ਅੱਗੇ ਵੀ ਮੈਡਲ ਲੈ ਕੇ ਆ ਸਕੀਏ। ਜਿਹੜੇ ਕੈਸ਼ ਅਵਾਰਡ ਨਾਲ ਤੁਸੀਂ ਸਹਿਮਤ ਹੋ, ਜੋ ਸਰਕਾਰ 40-50 ਲੱਖ ਰੁਪਈਆ ਪਾਲਿਸੀ ਦੇ ਅਨੁਸਾਰ ਦੇ ਰਹੀ ਹੈ, ਜਿਵੇਂ ਹਰਿਆਣੇ ਦੀ ਆਪਾਂ ਗੱਲ ਕਰ ਰਹੀ ਉੱਥੇ ਕਰੋੜਾਂ ਰੁਪਏ ਮਿਲ ਰਿਹਾ? ਦੇਖੋ ਜੀ, ਸਾਡੀ ਜਿੰਨਾ ਸਾਨੂੰ ਗੌਰਮੈਂਟ ਦੇ ਰਹੀ ਹੈ ਤਾਂ ਅਸੀਂ ਬਾਕੀ ਸਟੇਟਸ ਦੇ ਹਿਸਾਬ ਨਾਲ ਦੇਖੀਏ, ਹਰਿਆਣਾ ਨੂੰ ਅਲੱਗ ਕਰਕੇ ਬਾਕੀ ਸਟੇਟ ਦੇ ਹਿਸਾਬ ਨਾਲ ਤਾਂ ਸਾਡੀ ਗੌਰਮੈਂਟ ਸਾਨੂੰ ਬਹੁਤ ਮਤਲਬ ਵਧੀਆ ਇਨਾਮ ਦੇ ਰਹੀ ਹੈ, ਮਤਲਬ ਬਾਕੀ ਸਟੇਟਸ ਤਾਂ ਇਸ ਤੋਂ ਬਹੁਤ ਘੱਟ ਹੈ, ਤਾਂ ਅਸੀਂ ਬਹੁਤ ਖੁਸ਼ ਹਾਂ ਕਿ ਸਾਨੂੰ ਜੋ ਵੀ ਪੰਜਾਬ ਸਰਕਾਰ ਦੇ ਰਹੀ ਹੈ। ਤੁਹਾਨੂੰ ਜੇ ਨੌਕਰੀ ਦੀ ਮੰਗ ਰੱਖੇ ਹੋ ਤੁਸੀਂ, ਕਿਤਾ ਕਿਸ ਤਰ੍ਹਾਂ ਦੀ ਨੌਕਰੀ ਤੁਸੀਂ ਚਾਹੁੰਦੇ ਹੋ ਕਿ ਪੰਜਾਬ ਦੇ ਵਿੱਚ ਤੁਹਾਨੂੰ ਮਿਲੇ? ਅਸੀਂ ਤਾਂ ਇਹ ਚਾਹੁੰਦੇ ਹਾਂ ਕਿ ਜੋ ਸਾਡੇ ਲਈ ਸਾਡਾ ਫਿਊਚਰ ਸਿਕਿਓਰ ਰਹੇ, ਜਿੱਦਾਂ ਅਸੀਂ ਕੁੜੀਆਂ ਲਈ ਜਿੱਦਾਂ ਜੋ ਜੋਬ ਸਹੀ ਰਹੂਗੀ, ਵਧੀਆ ਰੈਂਕ ਦੀ ਜੋ ਵੀ ਹੈ ਵਧੀਆ ਲੈਵਲ 'ਤੇ ਜੋਬ ਦਿੱਤੀ ਜਾਵੇ, ਤਾਂ ਕਿ ਅਸੀਂ ਆਪਣੇ ਫਿਊਚਰ ਦੇ ਵਿੱਚ ਅੱਗੇ ਹੋਰ ਮਤਲਬ ਸਾਨੂੰ ਕੋਈ ਪਰੇਸ਼ਾਨੀ ਨਾ ਆਵੇ। ਹਰਜਿੰਦਰ ਦਾ ਟਾਰਗੇਟ ਕੀ ਹੈ ਆਉਣ ਵਾਲੇ ਸਮੇਂ ਦੇ? ਅੱਗੇ ਸਰ ਵਰਲਡ ਚੈਂਪੀਅਨਸ਼ਿਪ ਆ ਰਹੀ ਹੈ, ਤਾਂ ਉਹਦੀ ਲਈ ਤਿਆਰੀ ਕਰਾਂਗੇ, ਤਾਂ ਅੱਗੇ ਓਲੰਪਿਕਸ ਲਈ ਵੀ ਤਿਆਰੀ ਕਰਾਂਗੇ, ਤਾਂ ਕਿ ਉਹਦੇ 'ਚ ਵੀ ਮੈਡਲ ਲੈ ਕੇ ਆ ਸਕੀਏ। ਧੰਨਵਾਦ ਹਰਜਿੰਦਰ ਸਾਡੇ ਨਾਲ ਗੱਲ ਕਰਨ ਦੇ ਲਈ। ਇਹ ਸਨ ਹਰਜਿੰਦਰ ਕੌਰ ਵੇਟ ਲਿਫਟਰ ਜਿਨ੍ਹਾਂ ਨੇ ਬ੍ਰੋਂਜ਼ ਮੈਡਲ ਹਾਸਲ ਕੀਤਾ ਅਤੇ ਮੰਗ ਕਰ ਰਹੇ ਨੇ ਪੰਜਾਬ ਸਰਕਾਰ ਤੋਂ ਕਿ ਨੌਕਰੀ ਦਿੱਤੀ ਜਾਵੇ ਤਾਂ ਕਿ ਉਹਨਾਂ ਦਾ ਫਿਊਚਰ ਜਿਹੜਾ ਉਹ ਸਿਕਿਓਰ ਹੋ ਸਕੇ, ਕਿਉਂਕਿ ਸ਼ਾਨਦਾਰ ਪ੍ਰਦਰਸ਼ਨ ਇਹਨਾਂ ਦੇ ਵੱਲੋਂ ਕਾਮਨਵੈਲਥ ਖੇਡਾਂ ਦੇ ਵਿੱਚ ਕੀਤਾ ਗਿਆ ਅਤੇ ਸਪੋਰਟਸ ਪਾਲਿਸੀ ਦੇ ਅਨੁਸਾਰ ਇਹਨਾਂ ਦੀ ਮੰਗ ਹੈ ਕਿ ਸਾਨੂੰ ਨੌਕਰੀ ਦਿੱਤੀ ਜਾਵੇ ਤਾਂ ਕਿ, ਕਿਉਂਕਿ ਇਹ ਕਿਸਾਨੀ ਪਰਿਵਾਰ ਤੋਂ ਉੱਠ ਕੇ ਆਏ ਨੇ, ਇੱਕ ਬੇਹੱਦ ਸਧਾਰਨ ਪਰਿਵਾਰ ਤੋਂ ਉੱਠ ਕੇ ਇਹਨਾਂ ਨੇ ਵੱਡੇ ਲੈਵਲ 'ਤੇ ਜਾਣੀ ਕਿ ਇੰਟਰਨੈਸ਼ਨਲ ਲੈਵਲ 'ਤੇ ਇਹਨਾਂ ਦੇ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ ਅਤੇ ਪੰਜਾਬ ਦਾ ਨਾਮ ਵੀ ਇਹਨਾਂ ਨੇ ਰੋਸ਼ਨ ਕੀਤਾ। ਕੈਮਰਾਮੈਨ ਮਿਹਰਬਾਨ ਸਿੰਘ ਦੇ ਨਾਲ ਹਰਪਿੰਦਰ ਸਿੰਘ, ABP ਸਾਂਝਾ, ਚੰਡੀਗੜ੍ਹ।